ਗੁਰਦਾਸਪੁਰ 'ਚ ਅਕਾਲੀ ਦਲ ਟਕਸਾਲੀ ਲੀਡਰ ਸੇਵਾ ਸਿੰਘ ਸੇਖਵਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ 'ਚ 31 ਦੇ ਕਰੀਬ ਅਕਾਲੀ ਦਲ ਦੇ ਲੀਡਰ ਟਕਸਾਲੀ ਦਲ 'ਚ ਸ਼ਾਮਿਲ ਹੋ ਗਏ, ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਕਾਫੀ ਵੱਡਾ ਝਟਕਾ ਲੱਗਿਆ ਹੈ। ਇਸ ਮੌਕੇ ਮੀਡੀਆ ਨੇ ਟਕਸਾਲੀ ਨੇਤਾ ਸੇਵਾ ਸਿੰਘ ਸੇਖਵਾਂ ਤੋਂ ਸੁਖਬੀਰ ਬਾਦਲ ਵੱਲੋਂ ਕੀਤੀ ਟਿੱਪਣੀ ਕਿ ਉਹ ਟਕਸਾਲੀ ਜਾਲੀ ਟਕਸਾਲੀ ਨੇ ਤੇ ਸਵਾਲ ਕੀਤਾ, ਜਿਸ ਦਾ ਜਵਾਬ ਦਿੰਦੇ ਹੋਏ ਸੇਖਵਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਹ ਦੱਸ ਦੇਵੇ ਕਿ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਕਿਸ ਨੂੰ ਨੇ, ਤੇ ਉਹ ਉਹਨਾਂ ਬਾਰੇ ਸੁਖਬੀਰ ਬਾਦਲ ਆਪਣੇ ਪਿਤਾ ਤੇ ਵੱਡੇ ਬਾਦਲ ਤੋਂ ਪੁੱਛੇ ਕਿ ਟਕਸਾਲੀ ਕੌਣ ਨੇ, ਕਿਉਂਕਿ ਅਕਾਲੀ ਦਲ ਦਾ ਸਾਥ ਅਸੀਂ ਲੋਕਾਂ ਨੇ ਉਦੋਂ ਦਿੱਤਾ ਸੀ ਜਦੋਂ ਸਾਰੇ ਪਾਰਟੀ ਦਾ ਸਾਥ ਛੱਡ ਕੇ ਚਲੇ ਗਏ ਸੀ। ਸੁਖਬੀਰ ਨੂੰ ਆਪ ਨੂੰ ਨਹੀਂ ਪਤਾ ਵੀ ਅਕਾਲੀ ਕੌਣ ਹੁੰਦੇ ਆ, ਪਹਿਲਾਂ ਸੁਖਬੀਰ ਸਿੰਘ ਬਾਦਲ ਇੰਨੀ ਗੱਲ ਦੱਸਦੇ ਵੀ ਅਕਾਲੀ ਕਹਿੰਦੇ ਕਿ ਨਹੀਂ, ਉਹਨੂੰ ਆਪ ਨੂੰ ਇਸ ਗੱਲ ਦਾ ਗਿਆਨ ਨਹੀਂ, ਅਤੇ ਜਿਹਨੂੰ ਆਪ ਨੂੰ ਕਿਸੇ ਗੱਲ ਦਾ ਪਤਾ ਨਹੀਂ ਉਹ ਦੂਸਰਿਆਂ 'ਤੇ ਐਵੇਂ ਜਿਹੜੇ ਦੂਸ਼ਣਬਾਜ਼ੀ ਕਰਨੀ ਆ ਉਹ ਠੀਕ ਨਹੀਂ। ਇਹ ਮੇਰੇ ਖਿਆਲ ਮੁਤਾਬਕ ਵੱਡੇ ਬਾਦਲ ਸਾਹਿਬ ਨੂੰ ਪੁੱਛੇ ਕਿ ਜਿਨ੍ਹਾਂ ਨੂੰ ਉਹ ਕਹਿ ਰਿਹਾ ਵੀ ਇਹ ਅਕਾਲੀ ਨਹੀਂ ਜਾਂ ਇਹ ਟਕਸਾਲੀ ਨਹੀਂ, ਇਹ ਉਹਨਾਂ ਨੂੰ ਪੁੱਛੇ ਵੀ ਉਹਨਾਂ ਦੇ ਕਿਹੜੇ ਔਖਿਆਂ ਸਮਿਆਂ ਦੇ ਵਿੱਚ ਇਹ ਜਿਹੜੇ ਟਕਸਾਲੀ ਨੇ ਉਹਨਾਂ ਦਾ ਸਾਥ ਦਿੱਤਾ ਸੀਗਾ, ਇਹ ਟਕਸਾਲੀ ਹੈਗੇ ਕਿ ਨਹੀਂ। ਲੇਕਿਨ ਜਿਹੜੀ ਗੱਲ ਇਹ ਕਹਿ ਰਹੇ ਆ ਕਿ ਇਹਨਾਂ ਨੇ ਪਾਰਟੀ ਦਾ ਸਾਥ ਨਹੀਂ ਦਿੱਤਾ, ਅਸੀਂ ਲੋਕਾਂ ਨੇ ਪਾਰਟੀ ਨਹੀਂ ਛੱਡੀ ਸੀ ਬਲਕਿ ਅਸੀਂ ਸਿਰਫ ਅਹੁਦਿਆਂ ਤੋਂ ਅਸਤੀਫਾ ਦਿੱਤਾ ਸੀ। ਅਸੀਂ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਸੀ ਰੋਸ ਵਜੋਂ ਕਿ ਆਹ ਗੱਲ ਗਲਤ ਹੋ ਰਹੀ ਆ, ਲੀਡਰਸ਼ਿਪ ਗਲਤ ਕਰ ਰਹੀ ਆ, ਤੇ ਰੋਸ ਵਜੋਂ ਅਹੁਦਿਆਂ ਤੋਂ ਅਸਤੀਫੇ ਦਿੱਤੇ ਸੀ, ਆਹ ਪਾਰਟੀ ਨਹੀਂ ਛੱਡੀ। ਇਸ ਮੌਕੇ ਟਕਸਾਲੀ ਲੀਡਰ ਸੇਵਾ ਸਿੰਘ ਸੇਖਵਾਂ ਨੇ ਜੰਮ ਕੇ ਬਾਦਲਾਂ ਦੇ ਖਿਲਾਫ ਭੜਾਸ ਕੱਢੀ। ਇਹ ਕਹਿੰਦੇ ਇਹਨਾਂ ਨੇ ਪਾਰਟੀ ਦਾ ਸਾਥ ਛੱਡਿਆ, ਆਹ ਪਾਰਟੀ ਦਾ ਸਾਥ ਨਹੀਂ ਛੱਡਿਆ। ਅਸੀਂ ਪਹਿਲਾਂ ਪਾਰਟੀ ਦੇ ਵਿੱਚ ਆ ਕੇ ਕਿਹਾ ਕਿ ਪਾਰਟੀ ਕੋਲੋਂ ਗਲਤੀਆਂ ਹੋ ਰਹੀਆਂ, ਇਹ ਪਾਰਟੀ ਖਤਮ ਹੋ ਜਾਏਗੀ, ਔਰ ਉਹਦਾ ਰਿਜ਼ਲਟ ਆ 2017 ਦੀ ਇਲੈਕਸ਼ਨ, ਅਸੀਂ ਜੋ ਕਿਹਾ ਸੀ ਉਹਦਾ ਰਿਜ਼ਲਟ ਨਿਕਲਿਆ 2017 'ਚ। ਲੇਕਿਨ ਇਹਨਾਂ ਫਿਰ ਵੀ ਨਹੀਂ ਸਮਝਿਆ, ਫਿਰ ਅਸੀਂ ਹੋਰ ਅਤੇ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ, ਅਸਾਂ ਪਾਰਟੀ ਨਹੀਂ ਛੱਡੀ। ਸਾਨੂੰ ਸੁਖਬੀਰ ਸਿੰਘ ਪਾਰਟੀ 'ਚੋਂ ਅਸੀਂ ਆ ਤੁਹਾਡੀ ਪ੍ਰੈਸ ਸੀ ਉਹਦੇ ਜਿੱਦਣ ਸਾਰੇ ਜਾਣਦੇ ਹੋ, ਪਾਰਟੀ ਤੋਂ ਰਿਜ਼ਾਈਨ ਨਹੀਂ ਕੀਤਾ ਸਾਨੂੰ, ਇਸ ਕਰਕੇ ਇਹ ਕਿਵੇਂ ਕਹਿ ਸਕਦੇ ਆ ਕਿ ਇਹਨਾਂ ਔਖੇ ਵੇਲੇ ਪਾਰਟੀ ਛੱਡਤਾ। ਸਾਡੀਆਂ ਕਾਨਫਰੰਸਾਂ ਚੱਲ ਕੇ ਸਾਡੀਆਂ ਤਾਰੀਫਾਂ, ਅਸੀਂ ਉਹਨਾਂ ਦੇ ਉਗਣਾ ਕਰ, ਉਹਨਾਂ ਦੀਆਂ ਗਲਤੀਆਂ ਕਰੇ, ਉਹਨਾਂ ਨੂੰ ਕਿਹਾ ਵਾ ਕਿ ਪਾਰਟੀ ਦਾ ਨੁਕਸਾਨ ਹੋ ਰਿਹਾ, ਗਲਤੀਆਂ ਨਾ ਕਰੋ, ਅਤੇ ਹੁਣ ਅਸੀਂ ਜਾਲੀ ਹੋ ਗਏ, ਉਦੋਂ ਅਸੀਂ ਚੰਗੇ ਸਾਂ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ, ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲਿਓ।